ਕਿਸੇ ਦੀ ਸਿਫਾਰਿਸ਼ ਨਹੀਂ ਗੁਰੂ ਨੇ ਪੈਣ ਦਿੱਤੀ। ਨਹੀਂ ਤਾਂ ਸੱਜੇ ਖੱਬਿਓਂ ਸਾਨੂੰ ਵੀ ਫਲਾਨੇ MLA ਨੂੰ ਕਹਿ ਦਿਓ, ਫਲਾਨੇ MP ਨੂੰ ਕਹਿ ਦਿਓ। ਮੈਂ ਕਿਹਾ ਸਾਡਾ MLA ਵੀ ਬਾਪੂ ਆ, MP ਵੀ ਬਾਪੂ ਆ। ਜਿਸ ਦਿਨ ਤੋਂ ਮੈਂ ਇੱਥੇ ਸੇਵਾ ਦੇ ਵਿੱਚ ਆਇਆ, ਜੇ ਕੋਈ ਲੀਡਰ ਚੌਧਰੀ ਮੈਨੂੰ ਕਹਿੰਦਾ ਮੇਰੇ ਘਰ ਆ ਕੇ ਮਿਲ, ਮੈਂ ਕਿਹਾ ਜਿਸ ਦਰ ਦਾ ਮੈਨੂੰ ਚੌਂਕੀਦਾਰ ਬਣਾਇਆ ਇੱਥੇ ਆ ਮੀਟਿੰਗ ਰੂਮ ਦੇ ਵਿੱਚ। ਆ ਕਬੱਡੀਆਂ ਵਾਲੇ ਕਹਿੰਦੇ ਸੀ ਸਾਡੇ ਕੋਲ ਫੈਡਰੇਸ਼ਨ ਵਾਲੇ ਆ ਕੇ ਗੱਲ ਕਰ, ਅਸੀਂ ਟੂਰਨਾਮੈਂਟ ਕਰਾਉਣਾ ਆ ਕਰਨਾ। ਮੈਂ ਕਿਹਾ ਮੈਂ ਕਿਸੇ ਦਾ ਚਮਚਾ ਚੁਮਚਾ ਨਹੀਂ ਗਾ। ਕਿਸੇ ਦੀ ਸਿਫਾਰਿਸ਼ ਨਹੀਂ ਗੁਰੂ ਨੇ ਪੈਣ ਦਿੱਤੀ। ਨਹੀਂ ਤਾਂ ਸੱਜੇ ਖੱਬਿਓਂ ਸਨ ਵੀ ਫਲਾਨੇ MLA ਨੂੰ ਕਹਿ ਦਿਓ, ਫਲਾਨੇ MP ਨੂੰ ਕਹਿ ਦਿਓ। ਮੈਂ ਕਿਹਾ ਸਾਡਾ MLA ਵੀ ਬਾਪੂ ਆ, MP ਵੀ ਬਾਪੂ ਆ। ਅਸੀਂ ਕਿਸੇ ਦੇ ਦਰ ਤੇ ਨਹੀਂ ਜਾਣਾ, ਸਿੱਖ ਦਾ ਕੰਮ ਨਹੀਂ। ਜਿਸ ਦਿਨ ਤੋਂ ਮੈਂ ਇੱਥੇ ਸੇਵਾ ਦੇ ਵਿੱਚ ਆਇਆ, ਜੇ ਕੋਈ ਲੀਡਰ ਚੌਧਰੀ ਮੈਨੂੰ ਕਹਿੰਦਾ ਮੇਰੇ ਘਰ ਆ ਕੇ ਮਿਲ, ਮੈਂ ਕਿਹਾ ਜਿਸ ਦਰ ਦਾ ਮੈਨੂੰ ਚੌਂਕੀਦਾਰ ਬਣਾਇਆ ਇੱਥੇ ਆ ਮੀਟਿੰਗ ਰੂਮ ਦੇ ਵਿੱਚ, ਆਫਿਸ ਦੇ ਵਿੱਚ ਆ ਕੇ ਗੱਲ ਕਰ ਲੈ। ਆ ਕਬੱਡੀਆਂ ਵਾਲੇ ਕਹਿੰਦੇ ਸੀ ਸਾਡੇ ਕੋਲ ਫੈਡਰੇਸ਼ਨ ਵਾਲੇ ਆ ਕੇ ਗੱਲ ਕਰ, ਅਸੀਂ ਟੂਰਨਾਮੈਂਟ ਕਰਾਉਣਾ ਆ ਕਰਨਾ। ਮੈਂ ਕਿਹਾ ਮੈਂ ਕਿਸੇ ਦਾ ਚਮਚਾ ਚੁਮਚਾ ਨਹੀਂ ਗਾ, ਮੈਂ ਗੁਰੂ ਦਾ ਕਰਜ਼ਦਾਰ ਆ, ਇੱਥੇ ਆ ਜਾਓ। ਉਹ ਕਹਿੰਦੇ ਅਸੀਂ ਸੱਦ ਲੈਣੇ ਨੇ ਪ੍ਰਧਾਨ। ਮੈਂ ਕਿਹਾ ਹੋਰ ਪ੍ਰਧਾਨ ਹੋਣਗੇ, ਉਹ ਲੋਥਾਂ ਹੋ ਸਕਦੀਆਂ। ਮੈਂ ਕਿਹਾ ਪਰ ਦਾਸ ਨਹੀਂ ਦਾ ਸਕਦਾ, ਤੁਸੀਂ ਉਹਨਾਂ ਦੇ ਇੱਥੇ ਆ ਕੇ ਗੱਲ ਕਰੋ ਟੇਬਲ 'ਤੇ। ਇਹ ਸਾਨੂੰ ਜ਼ਰੂਰਤ ਵੀ ਹੋਣੀ ਚਾਹੀਦੀ ਆ, ਕਿਉਂਕਿ ਗੁਰੂ ਕਾ ਦਰ ਦੀ ਅਸੀਂ ਮਹੱਤਤਾ ਐਡੀ ਬਣਾਈਏ, ਜਿਹੜਾ ਵੀ ਕੋਈ ਇੱਥੇ ਚੱਲ ਕੇ ਆਵੇ ਇਸ ਹਿਸਾਬ ਨਾਲ ਆਵੇ ਵੀ ਹਾਂ ਮੈਂ ਗੁਰੂ ਦੇ ਦਰ 'ਤੇ ਜਾਣਾ। ਹਕਾਰੇ ਨੂੰ ਕੋਈ ਇੱਥੇ ਰਾਹ ਨਹੀਂ, ਨੁਮਾਣਿਆਂ ਨੂੰ ਮਾਣ ਮਿਲਦਾ, ਨਤਾਣਿਆਂ ਨੂੰ ਤਾਣ ਮਿਲਦਾ। ਆਪਾਂ ਤਨ ਮਨ ਧਨ ਦੇ ਨਾਲ ਸਵਾਵਾਂ ਕਰੀਏ। ਕਿਸੇ ਦੀ ਸਿਫਾਰਿਸ਼ ਨਹੀਂ ਗੁਰੂ ਨੇ ਪੈਣ ਦਿੱਤੀ। ਨਹੀਂ ਤਾਂ ਸੱਜੇ ਖੱਬਿਓਂ ਸਨ ਵੀ ਫਲਾਨੇ MLA ਨੂੰ ਕਹਿ ਦਿਓ, ਫਲਾਨੇ MP ਨੂੰ ਕਹਿ ਦਿਓ। ਮੈਂ ਕਿਹਾ ਸਾਡਾ MLA ਵੀ ਬਾਪੂ ਆ, MP ਵੀ ਬਾਪੂ ਆ। ਜਿਸ ਦਿਨ ਤੋਂ ਮੈਂ ਇੱਥੇ ਸੇਵਾ ਦੇ ਵਿੱਚ ਆਇਆ, ਜੇ ਕੋਈ ਲੀਡਰ ਚੌਧਰੀ ਮੈਨੂੰ ਕਹਿੰਦਾ ਮੇਰੇ ਘਰ ਆ ਕੇ ਮਿਲ, ਮੈਂ ਕਿਹਾ ਜਿਸ ਦਰ ਦਾ ਮੈਨੂੰ ਚੌਂਕੀਦਾਰ ਬਣਾਇਆ ਇੱਥੇ ਆ ਮੀਟਿੰਗ ਰੂਮ ਦੇ ਵਿੱਚ। ਆ ਕਬੱਡੀਆਂ ਵਾਲੇ ਕਹਿੰਦੇ ਸੀ ਸਾਡੇ ਕੋਲ ਫੈਡਰੇਸ਼ਨ ਵਾਲੇ ਆ ਕੇ ਗੱਲ ਕਰ, ਅਸੀਂ ਟੂਰਨਾਮੈਂਟ ਕਰਾਉਣਾ ਆ ਕਰਨਾ। ਮੈਂ ਕਿਹਾ ਮੈਂ ਕਿਸੇ ਦਾ ਚਮਚਾ ਚੁਮਚਾ ਨਹੀਂ ਗਾ। ਕੋਈ ਨਾ ਬਹੁਤ ਵਧੀਆ ਕੋਈ ਨਾ ਪਹਿਲੇ ਪਾਣੀ ਦੇ ਸੀ ਨਾ ਸਾਈਂ ਕਰਦੇ ਰਹਿੰਦੇ ਨੇ।